शिव के दरवेश चैनल में तुहाडा बहुत बहुत स्वागत है जी। आशा तुसी सब ठीक होवोगे। अज का जो किस्सा उन्हां वीरां लई आ जो ये गल कहिंदे ने कि साईं जी मेरी सुणदे नहीं, साईं जी मेरे नाल गलत करदे ने, ते मेरे नाल बहुत असीं तां बहुत चंगे आ, असीं लोकां दा कदी माड़ा नहीं कीता, फिर भी लोग साडे नूं माड़ा करदे ने, जिन्ने चंगे बंदे आ उन्ना ही लोग साडे नाल माड़ा करदे ने। तां उन्हां वीरां लई ये वीडियो आ, समा ना खराब कर दे, सीधा वीडियो वाल चलते हैं जी। एक जिहड़ा पिंड दे विच एक फकीर रहिंदा हुंदा सी, ओह फकीर कोल एक कुत्ता हुंदा सी, ते ओह फकीर आ जिहड़ा अपने कुत्ते नूं बड़ा प्यार करदा हुंदा सी, वी कहिंदा सी वी क्योंकि जदों कोई फकीर कोल जावे तां फकीर उहनूं अपने जिहड़े दिल नाल ला के रखदा हुंदा, बेशक कोई कुत्ता होवे, बेशक कोई इंसान होवे, तां फकीर लई सब कुछ इक आ। तां होया कि एक दिन फकीर ते ओह कुत्ता जिहड़ा नदी दे किनारे उत्ते जा रहे हुंदे आ, ਤਾਂ ਫਕੀਰ ਕੀ ਕਰਦਾ ਆਪਣੇ ਕੁੱਤੇ ਨੂੰ ਚੱਕ ਕੇ ਨਦੀ ਦੇ ਵਿੱਚ ਸੁੱਟ ਦਿੰਦਾ। ਇਹ ਸਭ ਕੁਛ ਇੱਕ ਵਿਅਕਤੀ ਵੇਖ ਰਿਹਾ ਹੁੰਦਾ, ਤਾਂ ਉਹ ਵਿਅਕਤੀ ਜਿਹੜਾ ਭੱਜ ਕੇ ਫਕੀਰ ਕੋਲ ਆਉਂਦਾ, ਕਹਿੰਦਾ ਕਹਿੰਦਾ ਜੀ ਤੁਸੀਂ ਇਹ ਕੀ ਕੀਤਾ, ਆਪਣੇ ਕੁੱਤੇ ਨੂੰ ਚੱਕ ਕੇ ਨਦੀ ਦੇ ਵਿੱਚ ਸੁੱਟਤਾ, ਇਹ ਕੁੱਤਾ ਮਰ ਜੂਗਾ। ਕੁੱਤਾ ਬੜੇ ਹੱਥ ਪੈਰ ਮਾਰਦਾ ਪਰ ਉਹਦੇ ਤੋਂ ਬਾਹਰ ਨਹੀਂ ਆਇਆ ਜਾਂਦਾ ਹੁੰਦਾ, ਤਾਂ ਉਹ ਵਿਅਕਤੀ ਕਹਿੰਦਾ ਜੀ ਇਹਨੇ ਮਰ ਜਾਣਾ, ਮੈਂ ਇੱਦਾਂ ਕਰਦਾ ਮੈਂ ਇਹਨੂੰ ਜਿਹੜਾ ਨਦੀ ਦੇ ਵਿੱਚੋਂ ਕੱਢ ਦੇਣਾ ਜੇ ਤੁਸੀਂ ਕਹੋ ਤਾਂ। ਤਾਂ ਉਹ ਫਕੀਰ ਕਹਿੰਦਾ ਨਹੀਂ ਇਹਨੂੰ ਇੱਦਾਂ ਹੀ ਤੜਫੀ ਆਉਂਦੇ। ਤਾਂ ਇੱਕ ਵਾਰੀ ਕੁੱਤਾ ਜਿਹੜਾ ਹੱਥ ਪੈਰ ਮਾਰ ਕੇ ਨਦੀ ਦੇ ਬਾਹਰ ਆ ਜਾਂਦਾ ਕਾਫੀ ਸਮੇਂ ਬਾਅਦ, ਤਾਂ ਫਕੀਰ ਕੀ ਕਰਦਾ ਕੁੱਤੇ ਨੂੰ ਚੱਕ ਕੇ ਫਿਰ ਨਦੀ ਦੇ ਵਿੱਚ ਸੁੱਟ ਦਿੰਦਾ। ਜਦੋਂ ਦੂਜੀ ਵਾਰੀ ਸੁੱਟਦਾ ਤਾਂ ਉਹ ਜਿਹੜਾ ਕੁੱਤਾ ਉਹ ਘੱਟ ਸਮੇਂ ਦੇ ਵਿੱਚ ਨਿਕਲ ਆਉਂਦਾ ਬਾਹਰ, ਤਾਂ ਫਕੀਰ ਤੀਜੀ ਵਾਰੀ ਜਦੋਂ ਕੁੱਤੇ ਨੂੰ ਵਿੱਚ ਸੁੱਟਦਾ ਤਾਂ ਬਹੁਤ ਹੀ ਘੱਟ ਸਮੇਂ ਦੇ ਬਾਹਰ ਜਿਹੜਾ ਕੁੱਤਾ ਜਿਹੜਾ ਪਾਣੀ 'ਚੋਂ ਨਿਕਲ ਆਉਂਦਾ। ਤਾਂ ਇਹ ਵਿਅਕਤੀ ਪੁੱਛਦਾ ਕਹਿੰਦਾ ਜੀ ਤੁਸੀਂ ਵਾਰ ਵਾਰ ਕੁੱਤੇ ਨੂੰ ਕਿਉਂ ਸੁੱਟ ਰਹੇ ਹੋ ਨਦੀ ਦੇ ਵਿੱਚ? ਤਾਂ ਫਕੀਰ ਜਵਾਬ ਦਿੰਦਾ ਕਹਿੰਦਾ ਕੁੱਤਾ ਮੈਨੂੰ ਬੜਾ ਪਿਆਰਾ, ਮੈਂ ਚਾਹੁੰਦਾ ਇਹ ਦੁਨੀਆ ਦੀ ਹਰ ਮੁਸ਼ਕਲ ਦੇ ਵਿੱਚੋਂ ਆਪਣੇ ਆਪ ਬਾਹਰ ਆਵੇ, ਤਾਂ ਇਹਨੂੰ ਮੈਂ ਮੁਸ਼ਕਲ ਦੇ ਵਿੱਚ ਪਾਉਣਾ, ਹੋਰ ਮੈਂ ਕੋਈ ਇਹਦਾ ਮਾੜਾ ਨਹੀਂ ਚਾਹੁੰਦਾ, ਮੈਂ ਚਾਹੁੰਦਾ ਵੀ ਇਹ ਹਮੇਸ਼ਾ ਜਿਹੜਾ ਆਪਣੀਆਂ ਮੁਸੀਬਤਾਂ ਆਪ ਨਜਿੱਠੇ, ਆਪ ਆਪਣੀ ਮੁਸੀਬਤ ਦੇ ਵਿੱਚੋਂ ਬਾਹਰ ਆਵੇ। ਤਾਂ ਤੁਸੀਂ ਵੀ ਜੇ ਤੁਹਾਡੇ 'ਤੇ ਸਾਈਂ ਜੀ ਕੋਈ ਮੁਸੀਬਤ ਪਾਉਂਦੇ ਨੇ, ਇੱਦਾਂ ਨਾ ਸਮਝਿਆ ਕਰੋ ਕਿ ਸਾਈਂ ਜੀ ਨੇ ਮੇਰੇ ਨਾਲ ਮਾੜੀ ਕੀਤੀ ਜਾਂ ਸਾਈਂ ਜੀ ਮੇਰੇ 'ਤੇ ਮੁਸੀਬਤਾਂ ਪਾ ਕੇ ਮੇਰੀ ਸੁਣਦੇ ਨਹੀਂ। ਸੁਣਦੇ ਸਭ ਦੀ ਆ, ਬਸ ਟਾਈਮ ਲੱਗ ਜਾਂਦਾ, ਜਿੰਨਾ ਟਾਈਮ ਹੋਊਗਾ ਉਨੀ ਜਿਹੜੀ ਸਫਲਤਾ ਵੱਡੀ ਹੋਊਗੀ, ਕਿਉਂਕਿ ਜਿਹੜਾ ਘੋੜ ਸਵਾਰ ਹੁੰਦਾ ਉਹ ਘੋੜੇ ਦੇ ਜਿਹੜਾ ਮਾਰਦਾ ਤਾਂ ਉਹ ਚਾਹੁੰਦਾ ਹੁੰਦਾ ਵੀ ਉਹ ਰੇਸ ਜਿੱਤ ਜੇ, ਨਾ ਕਿ ਉਹਨੂੰ ਦਰਦ ਪਹੁੰਚਾਉਣ ਲਈ ਮਾਰਦਾ ਹੁੰਦਾ। ਤਾਂ ਇਹ ਕਦੀ ਨਾ ਸੋਚਿਆ ਕਰੋ ਕਿ ਅਸੀਂ ਬਹੁਤ ਚੰਗੇ ਹਾਂ, ਲੋਕ ਸਾਡੇ ਨਾਲ ਮਾੜੀ ਕਰਦੇ ਨੇ ਜਾਂ ਰੱਬ ਸਾਡੇ ਨਾਲ ਮਾੜੀ ਕਰਦਾ। ਇਹ ਕਦੀ ਨਾ ਸੋਚਿਆ ਕਰੋ ਸਾਈਂ ਜੀ ਮੇਰੀ ਸੁਣਦੇ ਨਹੀਂ, ਸਾਈਂ ਜੀ ਹਮੇਸ਼ਾ ਸਭ ਦੀ ਸੁਣਦੇ ਆ। ਮੁਸੀਬਤਾਂ ਵਿੱਚ ਪਾਉਣਾ ਉਹਨਾਂ ਦਾ ਕੰਮ ਆ, ਕੱਢਣਾ ਵੀ ਉਹਨਾਂ ਦਾ ਕੰਮ ਆ, ਆਪਣਾ ਕੰਮ ਆ ਉਹ ਮੁਸੀਬਤ ਦੇ ਵਿੱਚੋਂ ਨਿਕਲਣਾ, ਹੱਥ ਪੈਰ ਮਾਰਨੇ ਅਤੇ ਸਾਈਂ ਦੇ ਆਪਦੇ 'ਤੇ ਯਕੀਨ ਰੱਖਣਾ, ਮੁਰਸ਼ਦ 'ਤੇ ਯਕੀਨ ਰੱਖਣਾ। ਤਾਂ ਆਸਾ ਅੱਜ ਦਾ ਕਿੱਸਾ ਜਿਹੜਾ ਤੁਹਾਨੂੰ ਵਧੀਆ ਲੱਗਿਆ ਹੋਊਗਾ, ਜੇ ਵਧੀਆ ਲੱਗਿਆ ਤਾਂ ਤੁਹਾਡਾ ਆਪਣਾ ਚੈਨਲ ਸ਼ਿਵ ਕਾ ਦਰਵੇਸ਼ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾਇਓ ਜੀ, ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿੱਥੇ ਵੀ ਸਾਈਂ ਸਰਕਾਰ ਜੀ ਦੇ ਆਸ਼ਕ ਬੈਠੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ। ਧੰਨਵਾਦ।